सत श्रीकाल बेटा, ठीक हो? मैनू बहुत बहादुरी दिखाई तुसी, छोटे कच्चे बच्चे है। पंजाब दे मुख मंत्री कैप्टन अमरिंदर सिंह वल्लों बीते दिनी छत्तीसगढ़ च नक्सली हमले दौरान अपनी बहादुरी पेश करन वाले कोबरा कमांडो बलराज सिंह नाल गलबात की गई, जिसने हाल ही च भारतीय फौज उपर हुए नक्सलवादी हमले दौरान खुद दे पेट विच गोली लगी होने दे बावजूद अपने साथी जवान दी जान बचाई। दस दिए कि लत ते गोली लगन नाल उसका साथी जख्मी हो गया सी, जिसकी कि इस कोबरा कमांडो बलराज सिंह वल्लों अपनी पग बन के जान बचाई गई। इस कमांडो नाल वीडियो कॉल राही गल करदियां दी सीएम कैप्टन वल्लों वीडियो भी अपने फेसबुक पेज ते सांझी कीती गई है। इस नाल ही उन्होंने ये भी लिखा कि मैनू खुशी है कि बलराज सेहत याब हो रहे ने, ते मैनू अते पूरे देश नू उन्हां ते माण है। सत श्री अकाल बेटा, ठीक हो? ਮੈਨੂੰ ਬਹੁਤ ਬਹਾਦਰੀ ਦਿਖਾਈ ਤੁਸੀਂ, ਛੋਟੇ ਕਿੱਥੇ ਵੱਜੀ ਹੈ? ਬੱਕੀ ਵਿੱਚ। ਪਰ ਕੁਸ਼ਮ ਠੀਕ ਹੋ? ਔਰ ਤੁਹਾਡਾ ਸਾਥੀ ਜਿਹਨੂੰ ਤੁਸੀਂ ਆਪਣੀ ਪੱਗ ਬੰਨੀ ਸੀ ਉਹ ਵੀ ਠੀਕ ਹੈ? ਸ਼ਾਬਾਸ਼ ਬੇਟਾ, ਬਹੁਤ ਬਹਾਦਰੀ ਦਿਖਾਈ ਤੁਸੀਂ। ਤੁਸੀਂ ਤਰਨ ਤਾਰਨ ਦੇ ਹੋ ਨਾ? ਹਾਂ, ਕੁਛ ਮੈਂ ਕਰ ਸਕਦਾ ਬੇਟਾ ਮੈਨੂੰ ਦੱਸ ਦੇਣਾ ਤੁਸੀਂ ਜ਼ਰੂਰ। ਬਸ ਤਕੜੇ ਰਹੋ ਔਰ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਠੀਕ ਹੋਵੋਗੇ ਜਲਦੀ। ਔਰ ਅਸੀਂ ਤੁਹਾਡੇ ਪਰਿਵਾਰ ਨੂੰ ਅਸੀਂ ਸਾਂਭਾਂਗੇ, ਰਿਤ ਪ੍ਰਵਾਹ ਨਾ ਕਰੋ ਤੁਸੀਂ। ਤਕੜੇ ਹੋ ਕੇ ਆਜੋ ਘਰੇ। ਥੈਂਕ ਯੂ। ਦੱਸ ਦਈਏ ਕਿ ਛੱਤੀਸਗੜ੍ਹ 'ਚ ਬੀਜਾਪੁਰ ਦੇ ਜੰਗਲ 'ਚ ਸ਼ਨੀਵਾਰ ਨੂੰ ਨਕਸਲੀਆਂ ਵੱਲੋਂ ਆਰਮੀ ਤੇ ਹਮਲਾ ਕਰ ਦਿੱਤਾ ਗਿਆ ਸੀ, ਜਿਸ ਦੌਰਾਨ ਭਾਰਤੀ ਜਵਾਨਾਂ ਤੇ ਨਕਸਲੀਆਂ 'ਚ ਮੁੱਠਭੇੜ ਹੋ ਗਈ ਸੀ। ਨਕਸਲੀਆਂ ਦੇ ਨਾਲ ਹੋਈ ਇਸ ਮੁੱਠਭੇੜ 'ਚ 22 ਜਵਾਨ ਸ਼ਹੀਦ ਹੋ ਗਏ ਨੇ, ਜਿਨ੍ਹਾਂ ਦੇ ਵਿੱਚੋਂ 21 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ, ਜਦਕਿ ਇੱਕ ਦੀ ਲਾਸ਼ ਦੀ ਤਲਾਸ਼ ਜਾਰੀ ਹੈ। ਦੱਸ ਦਈਏ ਕਿ ਇਹਨਾਂ ਨਕਸਲੀਆਂ ਵੱਲੋਂ ਸ਼ਹੀਦ ਜਵਾਨਾਂ ਦੀ ਵਰਦੀ, ਬੂਟ ਅਤੇ ਹੋਰ ਜ਼ਰੂਰਤ ਦਾ ਸਮਾਨ ਵੀ ਕੱਢ ਲਿਆ ਗਿਆ। ਇਸ ਮਾਮਲੇ 'ਚ IG ਬਸਤਰ ਸੁੰਦਰ ਰਾਜ ਪੀ ਨੇ ਦੱਸਿਆ ਕਿ ਨਕਸਲੀ ਜਵਾਨਾਂ ਦੇ ਕੋਲੋਂ 7 AK-47 ਰਾਈਫਲ ਅਤੇ 2 ਇਸਾਂਸ ਰਾਈਫਲ ਅਤੇ 1 LMG ਲੁੱਟ ਕੇ ਫਰਾਰ ਹੋ ਗਏ। ਇਸ ਦੇ ਨਾਲ ਹੀ IG ਨੇ ਕਿਹਾ ਕਿ ਮੌਕੇ ਤੋਂ ਇੱਕ ਮਹਿਲਾ ਨਕਸਲੀ ਦਾ ਸ਼ਵ ਇਨਸਾਸ ਰਾਈਫਲ ਸਮੇਤ ਵੀ ਬਰਾਮਦ ਹੋਇਆ, ਜਿਸ ਦੀ ਪਛਾਣ ਪਾਮੇੜ LGS ਕਮਾਂਡਰ ਮਾੜਵੀ ਵਣੋਜਾ ਦੇ ਰੂਪ 'ਚ ਹੋਈ ਹੈ। ਅਤੇ ਇਸ ਮੁੱਠਭੇੜ 'ਚ ਘੱਟ ਤੋਂ ਘੱਟ 12 ਨਕਸਲੀ ਮਾਰੇ ਗਏ ਨੇ ਅਤੇ 16 ਤੋਂ ਜ਼ਿਆਦਾ ਗੰਭੀਰ ਜ਼ਖਮੀ ਹੋਏ ਨੇ। ਦੱਸ ਦਈਏ ਕਿ ਇਸ ਦੌਰਾਨ ਇੱਕ ਸਿੱਖ ਨੌਜਵਾਨ ਕੋਬਰਾ ਕਮਾਂਡੋ ਬਲਰਾਜ ਸਿੰਘ ਦੇ ਢਿੱਡ 'ਚ ਗੋਲੀ ਲੱਗੀ ਸੀ ਅਤੇ ਫਿਰ ਵੀ ਉਸ ਵੱਲੋਂ ਆਪਣੇ ਦੂਸਰੇ ਸਾਥੀ ਜਿਸ ਦੀ ਲੱਤ ਤੇ ਗੋਲੀ ਲੱਗੀ ਸੀ ਉਸ ਨੂੰ ਆਪਣੀ ਪੱਗ ਉਸ ਦੀ ਲੱਤ ਤੇ ਬੰਨ ਕੇ ਬਚਾਇਆ ਗਿਆ, ਜਿਸ ਤੋਂ ਬਾਅਦ ਉਸ ਦੀ ਬਹਾਦਰੀ ਕਰਕੇ ਕਈ ਸਿਆਸੀ ਆਗੂ ਉਸ ਕੋਲ ਪਹੁੰਚੇ ਅਤੇ ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਜਵਾਨ ਬਲਰਾਜ ਸਿੰਘ ਨਾਲ ਗੱਲ ਕੀਤੀ ਗਈ ਤੇ ਬਕਾਇਦਾ ਇਸ ਦੀ ਵੀਡੀਓ ਵੀ ਸਾਂਝੀ ਕੀਤੀ ਗਈ। ਇੱਕ ਵਾਰ ਫਿਰ ਦਿਖਾਉਂਦੇ ਹਾਂ ਤੁਹਾਨੂੰ ਇਹ ਵੀਡੀਓ ਜੋ ਕਿ CM ਕੈਪਟਨ ਵੱਲੋਂ ਆਪਣੇ ਫੇਸਬੁੱਕ ਤੇ ਸਾਂਝੀ ਕੀਤੀ ਗਈ ਹੈ। ਸਤਿ ਸ਼੍ਰੀ ਅਕਾਲ ਬੇਟਾ, ਠੀਕ ਹੋ? ਹਾਂਜੀ ਸਰ, ਠੀਕ ਠਾਕ ਹਾਂ। ਮੈਨੂੰ ਬਹੁਤ ਬਹਾਦਰੀ ਦਿਖਾਈ ਤੁਸੀਂ, ਛੋਟੇ ਕਿੱਥੇ ਵੱਜੀ ਹੈ? ਬੱਕੀ ਵਿੱਚ। ਪਰ ਕੁਸ਼ਮ ਠੀਕ ਹੋ? ਔਰ ਤੁਹਾਡਾ ਸਾਥੀ ਜਿਹਨੂੰ ਤੁਸੀਂ ਆਪਣੀ ਪੱਗ ਬੰਨੀ ਸੀ ਉਹ ਵੀ ਠੀਕ ਹੈ? ਸ਼ਾਬਾਸ਼ ਬੇਟਾ, ਬਹੁਤ ਬਹਾਦਰੀ ਦਿਖਾਈ ਤੁਸੀਂ। ਤੁਸੀਂ ਤਰਨ ਤਾਰਨ ਦੇ ਹੋ ਨਾ? ਹਾਂ, ਕੁਛ ਮੈਂ ਕਰ ਸਕਦਾ ਬੇਟਾ ਮੈਨੂੰ ਦੱਸ ਦੇਣਾ ਤੁਸੀਂ ਜ਼ਰੂਰ। ਬਸ ਤਕੜੇ ਰਹੋ ਔਰ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਠੀਕ ਹੋਵੋਗੇ ਜਲਦੀ। ਔਰ ਅਸੀਂ ਤੁਹਾਡੇ ਪਰਿਵਾਰ ਨੂੰ ਅਸੀਂ ਸਾਂਭਾਂਗੇ, ਰਿਤ ਪ੍ਰਵਾਹ ਨਾ ਕਰੋ ਤੁਸੀਂ। ਬਸ ਤਕੜੇ ਹੋ ਕੇ ਆਜੋ ਘਰੇ। ਥੈਂਕ ਯੂ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।